ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਮੈਂ ਕੁਛ ਕੁ ਨਾ ਬ੍ਰਾਈਡਲ ਗਰੂਮ ਦੀਆਂ ਪਿਕਚਰਸ ਲੈ ਕੇ ਅਸੀਂ ਉਹਨੂੰ ਐਡਿਟ ਕਰਨ ਲੱਗੇ ਹਾਂ, ਉਹ 'ਚ ਇਫੈਕਟਸ ਪਾਉਣ ਲੱਗੇ ਹਾਂ ਬ੍ਰਾਈਡਲ। ਕੁਛ ਇਸ ਤਰ੍ਹਾਂ ਨਾਲ ਅਸੀਂ ਲਈ, ਸਪੋਜ਼ ਅਸੀਂ ਆਹ ਪਿਕਚਰ ਲੈ ਲੈਂਦੇ ਹਾਂ, ਇਹਨੂੰ ਰਾਈਟ ਕਲਿੱਕ ਕਰਕੇ ਅਸੀਂ ਸੇਵ ਕੀਤਾ, ਸੇਵ ਫੋਟੋਸ਼ਾਪ ਜਾ ਕੇ ਅਸੀਂ ਓਪਨ ਕਰਦੇ ਹਾਂ, ਓਪਨ ਕਰ ਲਿਆ, ਓਪਨ। ਹੁਣ ਅਸੀਂ ਇਮੇਜ ਅਡਜਸਟਮੈਂਟਸ ਜਾ ਕੇ ਡੀਸੈਚੂਰੇਟ ਕਰੀਏ। ਹੁਣ ਇਹ ਬਲੈਕ ਐਂਡ ਵਾਈਟ ਬਣ ਗਿਆ। ਹੁਣ ਅਸੀਂ ਆਹ ਵਾਲਾ ਟੂਲ ਲਈ ਆ ਕਿਹੜਾ, ਹਿਸਟਰੀ ਬ੍ਰਸ਼ ਟੂਲ। ਹਿਸਟਰੀ ਬ੍ਰਸ਼ ਟੂਲ ਕੀ ਕਰਦਾ, ਹਿਸਟਰੀ ਮਤਲਬ ਪੁਰਾਣੀ ਹਿਸਟਰੀ ਯਾਦ ਰੱਖਦਾ, ਮੀਨਸ ਇਹ ਅੰਡੂ ਹੀ ਕਰੂਗਾ ਜਿੰਨੇ ਪੋਰਸ਼ਨ ਦੇ ਉੱਤੇ ਆਹ ਟੂਲ ਅਸੀਂ ਖੇਡਾਂਗੇ ਉਹਨਾਂ ਪੋਰਸ਼ਨ ਅੰਡੂ ਹੋ ਜਾਊਗਾ। ਫੋਰ ਐਗਜ਼ਾਮਪਲ ਮੈਂ ਇਹ ਟੂਲ ਇੱਥੇ ਲਿਪਸ ਦੇ ਉੱਤੇ ਖੇਡਦਾ, ਜ਼ੂਮ ਕਰਕੇ ਖੇਡਦਾ ਤਾਂ ਕਿ ਇੱਧਰ ਉੱਧਰ ਨਾ ਆਏ ਵਾਲਾ ਟੂਲ ਵਰਕ ਕਰੇ। ਇਸ ਦੇ ਨਾਲ ਸਾਡੇ ਕੋਲ ਦੇਖੋ ਕਿੰਨੀ ਅੱਛੀ ਆਊਟਪੁੱਟ ਆ ਗਈ। ਇਸ ਤੋਂ ਇਲਾਵਾ ਅਸੀਂ ਇਹਨੂੰ ਜਿਊਲਰੀ ਦੇ ਫੇਰੀਏ ਤਾਂ ਹੋਰ ਵੀ ਅੱਛੀ ਆਊਟਪੁੱਟ ਆਊਗੀ। ਫੋਰ ਐਗਜ਼ਾਮਪਲ ਤੁਹਾਨੂੰ ਕਰਕੇ ਦਿਖਾਉਣਾ, ਫੋਰ ਐਗਜ਼ਾਮਪਲ ਅਸੀਂ ਜਿਊਲਰੀ 'ਤੇ ਸਿਰਫ ਫੇਰਾਂਗੇ ਆ ਟੂਲ। ਸਪੇਸ ਦੱਬ ਕੇ ਅਸੀਂ ਦੱਬ ਕੇ ਰੱਖਾਂਗੇ ਤਾਂ ਅਸੀਂ ਅੱਗੇ ਪਿੱਛੇ ਕਰ ਸਕਦੇ ਹਾਂ, ਹੈਂਡ ਵਾਲਾ ਸਾਰੇ ਨਾ ਜੂਗਾ। ਕੰਟਰੋਲ ਮਾਈਨਸ, ਆਹ ਦੇਖੋ ਜੀ ਕਿੰਨੀ ਵਧੀਆ ਆਊਟਪੁੱਟ ਆ ਗਈ। ਤਾਂ ਕੁਛ ਇਸ ਤਰ੍ਹਾਂ ਦੇ ਇਫੈਕਟਸ ਅਸੀਂ ਕ੍ਰੀਏਟ ਕਰ ਸਕਦੇ ਹਾਂ, ਇੰਪ੍ਰੈਸਿਵ ਇਫੈਕਟਸ ਵਿਦ ਯੂਜ਼ਿੰਗ ਡੀਸੈਚੂਰੇਟ ਐਂਡ ਹਿਸਟਰੀ ਬ੍ਰਸ਼ ਟੂਲ।